ਦੂਸਰਿਆਂ ਦੇ ਘਰ ਸਲਾਮਤ ਰੱਖਣ ਲਈ ਖੁਦ ਜੰਗਲਾਂ ਵਿੱਚ ਰਹਿਣਾ ਵੀ ਮਨਜ਼ੂਰ ਕਰ ਲਿਆ। ਅੱਜ ਆਪਣੇ ਘਰ ਸ਼ਾਂਤੀ ਨਾਲ ਰਹਿਣ ਲਈ ਵੀ ਕਦਮ ਕਦਮ ਤੇ ਆਪਣੀ ਪਹਿਚਾਣ ਸਾਬਤ ਕਰਨੀ ਪਏਗੀ, ਸਿਰ ਝੁਕਾਉਣਾ ਪਏਗਾ। ਇੰਸਪੈਕਟਰ ਸਾਹਿਬ, ਤੁਸੀਂ ਆਪਣਾ ਫਰਜ਼ ਪੂਰਾ ਕਰੋ। ਮੈਂ ਵੀ ਕਲਗੀਧਰ ਪਾਤਸ਼ਾਹ ਦਾ ਪੋਤਾ, ਭਾਵੇਂ ਮੈਨੂੰ ਪੋਤਾ ਜੇ, ਪਰ ਮੈਂ ਕਦੇ ਝੂਠ ਨਹੀਂ ਬੋਲਾਂਗਾ। ਉਹ ਗਿਆਨੀ ਪੂਰੇ ਸ਼ਹਿਰ ਨੂੰ ਵੀ ਇਕੱਠਾ ਕਰ ਲੇਗਾ ਨਾ, ਤਾਂ ਵੀ ਕਿਸੇ ਦੀ ਇੰਨੀ ਔਕਾਤ ਨਹੀਂ ਕਿ ਕੋਈ ਵਿੱਕੀ ਨੂੰ ਪਾਸੇ ਕਰ ਸਕੇ, ਸਮਝਿਆ? ਜਿੱਥੇ ਮਰਜ਼ੀ ਚਲੇ ਜਾਓ, ਲੋਕੀ ਤੁਹਾਨੂੰ ਇੰਜ ਦੇਖਦੇ ਆ ਜਿਵੇਂ ਕੋਈ ਚਿੜੀਆ ਘਰ ਦਾ ਜਾਨਵਰ ਹੋਵੇ। ਆਮ ਬੰਦੇ ਵਾਂਗ ਕੋਈ ਗਲਤੀ ਵੀ ਹੋ ਜਾਏ, ਕਰਤੀ ਨਾ ਸਰਦਾਰਾਂ ਵਾਲੀ ਗੱਲ, ਕਿਉਂ ਵਾਏ? To see Sirof Lam the Hisiko, you should be ashamed of yourselves. Duniya samne tusi apna jehda vi roop rakhoge, ohna layi ohi thodi pehchan ban jayegi. Tuhanu kis tarah janya jayega, eh faisla tusi aap karna hai. ਹਥਿਆਰ ਚੁੱਕਣਾ ਹਰੇਕ ਸਮੱਸਿਆ ਦਾ ਹੱਲ ਨਹੀਂ ਹੁੰਦਾ। ਅੱਜ ਲੋੜ ਹੈ ਦੁਨੀਆ ਸਾਹਮਣੇ ਇੱਕ ਸਿੱਖ ਦੀ ਸਹੀ ਪਹਿਚਾਣ ਲਿਆਉਣ ਦੀ। I have a plan. ਅੱਜ ਕਿਸੇ ਨੂੰ ਫਰਕ ਪਏ ਨਾ ਪਏ, ਕੋਈ ਯਾਦ ਰੱਖੇ ਨਾ ਰੱਖੇ, ਕਿਸੇ ਨੂੰ ਲੋੜ ਹੋਵੇ ਨਾ ਹੋਵੇ, ਮੈਂ ਕਦੇ ਵੀ ਨਹੀਂ ਭੁੱਲ ਸਕਦਾ ਆਪਣੀ ਵਿਰਾਸਤ ਨੂੰ। Proud to be a Sikh.